ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤਮਾਮ ਦੇਖਣ ਔਰ ਸੁਣਨ ਵਾਲਿਆਂ ਨੂੰ ਅਸਲਾਮੁ ਅਲੈਕਮ। ਤੁਸੀਂ ਦੇਖ ਰਹੇ ਹੋ ਸਾਡਾ ਯੂਟਿਊਬ ਚੈਨਲ ਜੱਟ ਜ਼ਿਮੀਦਾਰ ਵੀਲੌਗਸ ਦੇ ਨਾਂ ਤੋਂ। ਇਹਨੂੰ ਸਬਸਕ੍ਰਾਈਬ ਵੀ ਕਰਨਾ, ਲਾਈਕ ਸ਼ੇਅਰ ਅਤੇ ਕਮੈਂਟ ਵੀ ਕਰਦੇ ਰਹਿਣਾ ਔਰ ਸਾਡੀ ਕਮੀ ਬੇਸ਼ੀ ਵੀ ਸਾਨੂੰ ਦੱਸਦੇ ਰਹਿਣਾ, ਗਾਈਡ ਕਰਦੇ ਰਹਿਣਾ। ਅਤੇ ਮੈਂ ਅੱਜ ਆਪਣੇ ਭਾਈਆਂ ਨਾਲ ਸ਼ੇਅਰ ਕਰਾਂਗਾ ਤਿਲ ਦੀ ਫਸਲ ਜਿਹੜੀ ਚੋਪੇ 'ਤੇ ਕਾਸ਼ਤ ਕੀਤੀ ਗਈ ਆ, ਔਰ ਮੈਂ ਅੱਜ ਆਪਣੇ ਭਾਈਆਂ ਨਾਲ ਇਸ ਦੇ ਹਵਾਲੇ ਨਾਲ ਸ਼ੇਅਰ ਕਰਾਂਗਾ ਕਿ ਇਹ ਕਦੋਂ ਕਾਸ਼ਤ ਕਰਨੇ ਚਾਹੀਦੇ ਆ, ਇਹਦੇ ਵਾਸਤੇ ਜ਼ਮੀਨ ਦੀ ਜਿਹੜੀ ਤਿਆਰੀ ਆ ਉਹ ਕਿਸ ਤਰ੍ਹਾਂ ਕਰਨੀ ਚਾਹੀਦੀ ਆ, ਔਰ ਖਾਦ ਇਹਨੂੰ ਪੱਕਣ ਤੱਕ ਆਪਾਂ ਨੂੰ ਤਿਆਰ ਹੋਣ ਤੱਕ ਕਿਹੜੀ ਜਿਹੜੀ ਖਾਦ ਔਰ ਕਿੰਨੀ ਕਿੰਨੀ ਪਾਉਣੀ ਚਾਹੀਦੀ ਆ, ਔਰ ਸਪਰੇ ਕਿਹੜਾ ਕਰਨਾ ਚਾਹੀਦਾ ਵਾ, ਬੀਜ ਕਿੰਨਾ ਲਾਉਣਾ ਚਾਹੀਦਾ, ਕਿਸ ਤਰ੍ਹਾਂ ਲਾਉਣਾ ਚਾਹੀਦਾ ਵਾ, ਔਰ ਇਸ ਦੀ ਐਵਰੇਜ ਜਿਹੜੀ ਆ ਉਹ ਕਿੰਨੀ ਆਉਂਦੀ ਹੈ। ਠੀਕ ਹੈ, ਔਰ ਇਹ ਸਾਡੇ ਇੱਕ ਦੋਸਤ ਭਾਈ ਨੇ ਕਾਸ਼ਤ ਕੀਤੇ ਨੇ ਔਰ ਇਹ ਮੁਸਲਸਲ ਜਿਹੜਾ ਨਾ ਤੀਸਰੇ ਚੌਥੇ ਸਾਲ ਤੋਂ ਇਸ ਤਰ੍ਹਾਂ ਚੋਬੇ 'ਤੇ ਲਾ ਰਹੇ ਨੇ, ਨਾ ਛੱਟੇ 'ਤੇ ਲਾਉਂਦੇ ਨੇ ਨਾ ਛੱਟਾ ਦੇ ਕੇ ਖੇਲਾਂ ਕੱਢਦੇ ਨੇ। ਇਸ ਤਰ੍ਹਾਂ ਦਾ ਟਰੈਂਡ ਵੀ ਸਾਡੇ ਹੈ ਜਿਹੜਾ ਵਾ, ਸ਼ੁਰੂ ਤੋਂ ਤਾਂ ਅਸੀਂ ਜਿਹੜਾ ਵਾ ਉਹ ਛੱਟੇ 'ਤੇ ਅਸੀਂ ਖੁਦ ਵੀ ਕਾਸ਼ ਕਰਦੇ ਆਏ ਹਾਂ, ਔਰ ਉਸ ਤੋਂ ਬਾਅਦ ਇਹ ਚੋਪੇ ਵਾਲਾ ਟਰੈਂਡ ਸ਼ੁਰੂ ਹੋ ਗਿਆ ਕਿ ਖੇਲਾਂ 'ਤੇ ਜਿਹੜਾ ਵਾ ਉਹ ਚੋਪਾ ਲਾਇਆ ਜਾਂਦਾ ਵਾ। ਫਿਰ ਉਸ ਤੋਂ ਬਾਅਦ ਜਿਹੜਾ ਹੁਣ ਇਸ ਸਾਲ ਜ਼ਿਆਦਾ ਜਿਹੜਾ ਜ਼ਿਆਦਾਤਰ ਲੋਕਾਂ ਦਾ ਰੁਝਾਨ ਔਰ ਸਾਡੇ ਇਲਾਕੇ 'ਚ ਬਣਦਾ ਜਾਂਦਾ, ਉਹ ਛੱਟਾ ਦੇ ਕੇ ਮਸਲਨ ਰੌਣੀ ਕਰਕੇ ਛੱਟਾ ਦੇ ਕੇ ਖੇਲਾਂ ਕੱਢ ਦਿੰਦੇ ਨੇ। ਲੇਕਿਨ ਜਿਹੜੀ ਜਗ੍ਹਾ 'ਤੇ ਮੈਂ ਖੜਾ ਵਾਂ ਇੱਥੇ ਚੋਪਾ ਲਾਇਆ ਗਿਆ ਵਾ, ਇਸ ਫਸਲ ਦੇ ਹਵਾਲੇ ਨਾਲ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਦਾ ਵਾਂ, ਔਰ ਇਹਦੀ ਐਵਰੇਜ ਵੀ ਮਾਸ਼ਾਅੱਲਾ 20 ਮਣ ਤੋਂ ਉੱਪਰ ਹੈ ਵਾ। ਠੀਕ ਹੈ, ਮੁਸਲਸਲ ਜਿਹੜੇ ਨਾ ਚੰਦ ਸਾਲਾਂ ਤੋਂ ਮੇਰੇ ਸਾਡੇ ਭਾਈ ਉਹਨੀ ਕਾਸ਼ਤ ਕਰ ਰਹੇ ਨੇ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦੀ ਜਰਮੀਨੇਸ਼ਨ ਔਰ ਪੌਦਿਆਂ ਦੀ ਤਾਦਾਦ ਤੁਹਾਨੂੰ ਦਿਖਾਉਣਾ, ਉਸ ਤੋਂ ਬਾਅਦ ਨੈਕਸਟ ਮੈਂ ਆਪਣੇ ਭਾਈਆਂ ਨਾਲ ਗੱਲ ਕਰਾਂਗਾ। ਪੌਦਿਆਂ ਦੀ ਜਿਹੜੀ ਤਾਦਾਦ ਹੈ ਇਹ ਜ਼ਿਆਦਾ ਵਾ, ਉਹਦੀ ਵੀ ਇੱਕ ਵਜ੍ਹਾ ਹੈਗੀ ਆ ਕਿਉਂਕਿ ਸਾਡੇ ਕੋਲ ਜਿਹੜੀਆਂ ਲੇਬਰਾਂ ਨੇ ਉਸ ਮੱਕੀ ਦੀ ਕਾਸ਼ਤ ਵਾਲੀਆਂ ਨੇ ਔਰ ਉਹਨਾਂ ਨੂੰ ਇਹਨਾਂ ਦੇ ਬਾਰੇ ਐਡਾ ਐਕਸਪੀਰੀਅੰਸ ਜਾਂ ਤਜਰਬਾ ਜਿਹੜਾ ਵਾ ਉਹ ਨਹੀਂ ਹੈਗਾ, ਜਿਸ ਵਜ੍ਹਾ ਨਾਲ ਇਹ ਥੋੜ੍ਹੇ ਜਿਹੇ ਜਿਹੜੇ ਸੰਘਣੇ ਨੇ ਇਹ ਜ਼ਿਆਦਾ ਲੱਗੇ ਹੋਏ ਨੇ, ਬੀਜ ਜ਼ਿਆਦਾ ਲੱਗਿਆ ਹੋਇਆ ਵਾ। ਬਾਕੀ ਮਾਸ਼ਾਅੱਲਾ ਇਹਦੀ ਜਿਹੜੀ ਜਰਮੀਨੇਸ਼ਨ ਹੈ ਉਹ ਠੀਕ ਹੈ। ਇਹ ਇਸ ਟਾਈਮ ਤਕਰੀਬਨ ਕਮੋ ਬੇਸ਼ ਜਿਹੜੀ ਫਸਲ ਹੈ ਵਾ ਇਹ 17-18 ਦਿਨ ਦੀ ਹੈ। ਔਰ ਅੱਜ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਵੀ ਕਰਾਂਗਾ ਕਿ ਜਿਹੜੇ ਆਪਾਂ ਖੇਲੀਆਂ 'ਤੇ ਕਾਸ਼ਤ ਕਰਦੇ ਨਾ ਇਹਨਾਂ ਦਾ ਜਿਹੜਾ ਫਾਇਦਾ ਜਿਹੜਾ ਵਾ ਉਹ ਫਾਇਦਾ ਕੀ ਹੈ, ਕਿਉਂਕਿ ਦੋ ਚੀਜ਼ਾਂ ਜਿਹੜੀਆਂ ਨੇ ਨਾ ਮੇਨ ਜਿਹੜੀਆਂ ਸਭ ਤੋਂ ਜਿਹੜਾ ਜ਼ਿਆਦਾ ਡਿਸਟਰਬ ਕਰਦਾ ਵਾ ਉਹ ਤਿਲ ਨੂੰ, ਇਹ ਜਿਹੜੀ ਜੜੀ ਬੂਟੀ ਹੈ ਔਰ ਵਿੱਚ ਗੰਦ ਹੁੰਦਾ ਨਾ ਇਹ ਖਰਾਬ ਕਰਦਾ ਵਾ, ਇਹ ਜਿਹੜਾ ਵਾ ਇਹ ਮਾਰ ਦਿੰਦਾ ਵਾ, ਸਭ ਤੋਂ ਮੇਨ ਚੀਜ਼ ਜਿਹੜੀ ਆ ਇਹ ਵਿੱਚ ਜਿਹੜਾ ਗੰਦ ਹੁੰਦਾ ਵਾ। ਲੇਕਿਨ ਆਪਾਂ ਅਗਰ ਇਹਨੂੰ ਚੋਪੇ 'ਤੇ ਕਾਸ਼ਤ ਕਰਾਂਗੇ ਤਾਂ ਇਹਦਾ ਵੀ ਹੱਲ ਮੌਜੂਦ ਹੈਗਾ। ਬਾਕੀ ਮਾਸ਼ਾਅੱਲਾ ਜਰਮੀਨੇਸ਼ਨ ਠੀਕ ਹੈ, ਮਾੜੀ ਜਰਮੀਨੇਸ਼ਨ ਨਹੀਂ ਹੈਗੀ।
ਔਰ ਹੁਣ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਦਾ ਵਾਂ, ਇਹ ਤਕਰੀਬਨ ਸਾਰੇ ਜਿਹੜੇ ਨੇ ਟੋਟਲ ਤੁਹਾਨੂੰ ਉਹ ਖੰਭੇ ਤੱਕ ਨਜ਼ਰ ਆ ਰਿਹਾ ਹੋਵੇਗਾ। ਇਹ ਟੋਟਲ ਜਿਹੜੀਆਂ ਵਾ ਇਹ ਜਿੰਨੀਆਂ ਵੀ ਪੈਲੀਆਂ ਨੇ ਇਹ ਸਾਰੀਆਂ ਇਹ ਤਿਲ ਹੀ ਇਸ ਤਰ੍ਹਾਂ ਹੀ ਕਾਸ਼ਤ ਹੋਏ ਨੇ। ਔਰ ਹੁਣ ਆ ਜਾਓ ਜੀ ਇਹ ਕਾਸ਼ਤ ਵਾਸਤੇ ਜ਼ਮੀਨ ਦੀ ਤਿਆਰੀ। ਬਾਜ਼ ਲੋਕ ਤਾਂ ਜਿਹੜੇ ਨੇ ਉਹ ਇੰਨੀ ਜ਼ਿਆਦਾ ਤਿਆਰੀ ਨਹੀਂ ਕਰਦੇ, ਲੇਕਿਨ ਕੋਸ਼ਿਸ਼ ਕਰਿਆ ਕਰੋ ਜਿਹੜੀ ਵੀ ਫਸਲ ਕਾਸ਼ਤ ਕਰਨੀ ਚਾਹੀਦੀ ਆ ਉਹਨੂੰ ਤੁਸੀਂ ਅੱਛੇ ਤਰੀਕੇ ਨਾਲ ਜਿਹੜਾ ਉਹਦੀ ਜ਼ਮੀਨ ਦੀ ਤਿਆਰੀ ਹੋਣੀ ਚਾਹੀਦੀ ਹੈ। ਔਰ ਜਿਹੜੀ ਹੁਣ ਭਾਈ ਉਹਨਾਂ ਨੇ ਇਹ ਮਟਰਾਂ ਵਾਲੀ ਜ਼ਮੀਨ ਸੀ ਔਰ ਮਟਰਾਂ ਵਾਲੀ ਜ਼ਮੀਨ 'ਤੇ ਇਹਨਾਂ ਨੇ ਕਾਸ਼ਤ ਕੀਤੇ ਨੇ, ਠੀਕ ਹੈ। ਔਰ ਇਹਨਾਂ ਨੇ ਸਭ ਤੋਂ ਪਹਿਲਾਂ ਇਹਨਾਂ 'ਚ ਡਿਸਕਾਂ ਮਾਰੀਆਂ ਨੇ, ਠੀਕ ਹੈ। ਡਿਸਕਾਂ ਮਾਰਨ ਤੋਂ ਬਾਅਦ ਇਹਦੇ 'ਚ ਹਲ ਚਲਾਏ ਨੇ ਔਰ ਹਲ ਤੋਂ ਬਾਅਦ ਰੂਟਾ ਵਾਟਰ ਜਿਹੜਾ ਵਾ ਉਹਦੀ ਜਿਹੜੀ ਆ ਉਹ ਸੀਂ ਲਾਈ ਆ, ਠੀਕ ਹੈ। ਔਰ ਕਈ ਜਿਹੜੀਆਂ ਬਿਲਕੁਲ ਕੱਚੇ ਵੱਟਦੀਆਂ ਜ਼ਮੀਨਾਂ ਹੁੰਦੀਆਂ ਨੇ ਉਹਨਾਂ ਨੂੰ ਰੂਟਾ ਵਾਟਰ ਦੀ ਜ਼ਰੂਰਤ ਨਹੀਂ ਹੁੰਦੀ। ਔਰ ਅੱਜ ਕੱਲ੍ਹ ਜਿਹੜੀ ਵਾ ਜ਼ਿਆਦਾਤਰ ਜ਼ਮੀਨ ਖਾਲੀ ਹੋ ਰਹੀ ਉਹ ਖਾਲੀ ਹੁੰਦੀ ਪਈ ਆ ਗੰਦਮ ਵਾਲੀ। ਅਗਰ ਗੰਦਮ ਵਾਲੀ ਜ਼ਮੀਨ ਤੁਹਾਡੇ ਕੋਲ ਹੈ ਤਾਂ ਗੰਦਮ ਵਾਲੀ ਜ਼ਮੀਨ ਵੈਸੇ ਥੋੜ੍ਹੀ ਮੁਸ਼ਕਲ ਤਿਆਰ ਹੁੰਦੀ, ਅਗਰ ਕੋਸ਼ਿਸ਼ ਕਰੋ ਕਿ ਤੁਸੀਂ ਉਹਨੂੰ ਸਭ ਤੋਂ ਪਹਿਲਾਂ ਡਿਸਕਾਂ ਮਾਰੋ, ਉਸ ਤੋਂ ਬਾਅਦ ਉਹਨੂੰ ਲੇਜ਼ਰ ਕਰਵਾ ਕੇ ਉਹਨੂੰ ਜਿਹੜਾ ਨਾ ਉਹ ਰੌਣੀ ਕਰ ਦਿਓ। ਕਿਉਂਕਿ ਰੌਣੀ ਅਗਰ ਤੁਸੀਂ ਉਹਨੂੰ ਨਾ ਵੀ ਕਰੋਗੇ ਤਾਂ ਆਪਾਂ ਤਾਂ ਚੋਪੇ 'ਤੇ ਲਾਉਣੇ ਨੂੰ ਕੋਈ ਮਸਲਾ ਨਹੀਂ ਹੈਗਾ, ਲੇਕਿਨ ਅਗਰ ਤੁਸੀਂ ਰੌਣੀ ਕਰੋਗੇ ਉਹਦੇ ਵਿੱਚ ਜ਼ਮੀਨ ਦੀ ਜਿਹੜੀ ਤਿਆਰੀ ਹੈ ਜਿਹੜਾ ਗੰਦ ਗੁੰਦ ਹੈ ਉਹ ਉੱਗ ਪੈਂਦਾ ਵਾ ਔਰ ਜ਼ਮੀਨ ਦੀ ਤਿਆਰੀ ਵੀ ਅੱਛੀ ਹੋ ਜਾਂਦੀ ਹੈ, ਠੀਕ ਹੈ। ਅਗਰ ਤੁਸੀਂ ਉਹਨੂੰ ਰੌਣੀ ਨਹੀਂ ਕਰੋਗੇ ਤਾਂ ਕੋਈ ਮਸਲਾ ਨਹੀਂ, ਲੇਕਿਨ ਉਹ ਫਿਰ ਰੋੜੇ ਜਿਹੇ ਬਣ ਜਾਂਦੇ ਨੇ, ਜ਼ਮੀਨ ਅੱਛੀ ਤਰ੍ਹਾਂ ਤਿਆਰ ਨਹੀਂ ਹੁੰਦੀ, ਠੀਕ ਹੈ। ਸਿਰਫ ਰੌਣੀ ਕਰਨ ਦਾ ਮਕਸਦ ਇਹ ਹੀ ਆ ਕਿ ਜਿਹੜਾ ਵਾ ਦੂਸਰਾ ਜ਼ਮੀਨ ਦੀ ਤਿਆਰੀ ਅੱਛੀ ਹੋ ਜਾਵੇ, ਠੀਕ ਹੈ। ਹਾਲਾਂਕਿ ਜਿਹੜਾ ਆਪਾਂ ਖਿਲ ਅਤੇ ਕਾਸ਼ ਕਰਨੀ ਇਹਦੇ ਵਾਸਤੇ ਆਪਾਂ ਨੂੰ ਰੌਣੀ ਦੀ ਜ਼ਰੂਰਤ ਨਹੀਂ, ਕਿਉਂਕਿ ਆਪਾਂ ਜਦੋਂ ਕਾਸ਼ ਅਤੇ ਚੋਪਾ ਲਾਉਣਾ ਉਦੋਂ ਪਾਣੀ ਤਾਂ ਆਪਾਂ ਲਾਉਣਾ ਹੀ ਲਾਉਣਾ ਵਾ, ਠੀਕ ਹੈ। ਬਾਕੀ ਗੱਲ ਕਿੱਸਾ ਮੁਕਸਰ ਇਹ ਆ ਕਿ ਜਿਹੜੀ ਜ਼ਮੀਨ ਦੀ ਤਿਆਰੀ ਉਹ ਹਰ ਜ਼ਿਮੀਂਦਾਰ ਭਾਈ ਜਾਣਦਾ ਕਿ ਉਹ ਅੱਛੀ ਹੋਣੀ ਚਾਹੀਦੀ ਔਰ ਅੱਛੀ ਕਰਨੀ ਚਾਹੀਦੀ ਔਰ ਅੱਛੀ ਕਿਸ ਤਰ੍ਹਾਂ ਹੁੰਦੀ ਹੈ। ਅਗਰ ਉਹ ਜ਼ਿਆਦਾ ਪੱਕੇ ਵੱਢਦੀ ਤਾਂ ਤੁਸੀਂ ਉਹਦੇ 'ਚ ਰੂਟਾ ਵਾਟਰ ਮਾਰੋ ਕਿ ਉਹ ਜਿਹੜੀ ਜ਼ਮੀਨ ਹੈ ਉਹ ਬਾਰੀਕ ਹੋ ਜਾਵੇ, ਠੀਕ ਹੈ, ਅੱਛੀ ਬਣ ਜਾਣ, ਖੇਲਾਂ ਅੱਛੀਆਂ ਨਿਕਲ ਜਾਣ। ਦੂਸਰੀ ਜਿਹੜੀ ਇਹਨੂੰ ਖੁਰਾਕ ਦੇਣੀ ਆ, ਖੁਰਾਕ ਜਦੋਂ ਤੁਸੀਂ ਇਹਨੂੰ ਕਾਸ਼ਤ ਕਰਨਾ ਵਾ, ਕਾਸ਼ਤ ਦੇ ਟਾਈਮ ਇੱਕ DAP ਦਾ ਛੱਟਾ ਦੇ ਕੇ ਹਲ ਤੁਸੀਂ ਮਾਰ ਲਓ, ਤੁਸੀਂ ਉੱਤੋਂ ਤੁਸੀਂ ਮਸਲ ਕਾਸ਼ ਦੇ ਟਾਈਮ ਤੁਸੀਂ ਇੱਕ DAP ਉਹਨੂੰ ਪਾਉਣੀ ਆ, DAP ਪਾ ਕੇ ਤੁਸੀਂ ਖੇਲਾਂ ਜਿਹੜੀਆਂ ਨੇ ਉਹ ਕੱਢਣੀਆਂ ਨੇ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਵਾ ਇਹਦਾ ਜਿਹੜਾ ਤੁਸੀਂ ਬੀਜ ਲਾਉਣਾ ਵਾ, ਬੀਜ ਤੁਸੀਂ ਭਾਈ ਹੋਣੀਆਂ ਨੇ 3 ਤੋਂ 4 ਸਾਲ ਤੋਂ ਅਸੀਂ ਲਾ ਰਹੇ ਹਾਂ, ਅਸੀਂ 1 ਕਿਲੋ ਬੀਜ ਔਰ ਵਿੱਚ 1 ਕਿਲੋ ਜਾਂ 1 ਕਿਲੋ ਤੋਂ ਜ਼ਿਆਦਾ ਕਹਿ ਲਓ ਵਿੱਚ ਬਜਰੀ ਜਾਂ ਟੋਟਾ ਚਾਵਲ ਜਿਹੜੇ ਹੁੰਦੇ ਨੇ ਉਹ ਮਿਕਸ ਕਰਦੇ ਨੇ। ਉਹਨਾਂ ਮਿਕਸ ਕਰਨ ਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜੇ ਬੀਜ ਜ਼ਿਆਦਾ ਲੱਗਦੇ ਨੇ ਉਹ ਬੀਜ ਜ਼ਿਆਦਾ ਨਹੀਂ ਲੱਗਦੇ, ਹਾਲਾਂਕਿ ਇਹ ਜ਼ਿਆਦਾ ਲੱਗੇ ਹੋਏ ਨੇ ਕਿਉਂਕਿ ਚੂਣੀ ਜਿਹੜੀ ਹੈ ਉਵੇਂ ਮੁੱਠ ਭਰ ਕੇ ਲਾਈ ਗਈ ਹੈ, ਇਹ ਚੂੰਡੀ ਵੀ ਨਹੀਂ ਲਾਈ ਗਈ, ਸਿਰਫ ਨਾ ਤਜਰਬਾਕਾਰ ਲੇਬਰ ਦੀ ਵਜ੍ਹਾ ਤੋਂ ਹੈ। ਲੇਕਿਨ ਭਾਈ ਉਹਨਾਂ ਜਿਹੜਾ ਆਪਣਾ ਜਿਹੜਾ ਤਜਰਬਾ ਔਰ ਤਰੀਕਾ ਲਗਾਇਆ ਉਹ ਇਹ ਹੀ ਲਗਾਇਆ ਹੈ ਕਿ ਉਹਨਾਂ ਨੇ ਇਹਦੇ ਵਿੱਚ ਬਜਰੀ ਜਿਹੜੀ ਆ ਬਰੀਕ ਸਾਈਜ਼ ਦੀ 0 ਸਾਈਜ਼ ਦੀ ਉਹ 1 ਕਿਲੋ ਜਿਹੜੀ ਨਾ ਮਲਾਈ ਹੈ, 1 ਕਿਲੋ ਤੋਂ ਤੁਸੀਂ ਵੱਧ ਵੀ ਮਿਲਾ ਸਕਦੇ ਜੇ, ਠੀਕ ਹੈ, 1.5 ਕਿਲੋ ਵੀ ਮਿਲਾ ਸਕਦੇ। ਲੇਕਿਨ ਜਿਹੜਾ ਅਸਲ ਹੈ ਤਰੀਕਾਕਾਰ ਹੈ ਕਿ ਜਿੰਨਾ ਤੁਸੀਂ ਬੀਜ ਕਾਸ਼ਤ ਕਰਨਾ ਵਾ ਉਨਾ ਹੀ ਤੁਸੀਂ ਜਿਹੜਾ ਵਿੱਚ ਮਿਕਸ ਕਰੋ, ਟੋਟਾ ਚਾਵਲ ਕਰ ਲਓ ਜਾਂ ਬਜਰੀ ਕਰ ਲਓ।
ਔਰ ਉਸ ਤੋਂ ਬਾਅਦ ਇਹਨੂੰ ਕਾਸ਼ਤ ਕਰ ਦਿਓ, ਔਰ ਕਾਸ਼ਤ ਤੋਂ ਬਾਅਦ ਜਿਹੜਾ ਨਾ 24 ਘੰਟੇ ਵਾਲਾ ਜਿਹੜਾ ਸਪਰੇਅ ਉਹ ਤੁਸੀਂ ਲਾਜ਼ਮੀ ਕਰਨਾ ਵਾ। ਔਰ ਜਿਹੜਾ ਆਪਾਂ ਚੋਪੇ 'ਤੇ ਕਾਸ਼ਤ ਕਰਨੇ ਉਹਦਾ ਸਭ ਤੋਂ ਵੱਡਾ ਫਾਇਦਾ ਇਹ ਹੀ ਆ ਕਿ ਜਿਹੜਾ ਆਪਾਂ ਉਹਨੂੰ ਸਪਰੇਅ ਕਰਦੇ ਨੇ ਔਰ ਗੰਦ ਨਹੀਂ ਉੱਗਦਾ। ਇਸ ਟਾਈਮ ਤੁਹਾਨੂੰ ਵਿੱਚ ਜਿਹੜਾ ਇਸ ਟਾਈਮ ਹੈ ਮੁਰਖ ਜੀ ਨਜ਼ਰ ਆ ਰਹੀ ਹੈ, ਇਹ ਸਪਰੇਅ ਨਾਲ ਇੰਨੀ ਜ਼ਿਆਦਾ ਰੁਕਦੀ ਨਹੀਂ, ਲੇਕਿਨ ਇਹਦਾ ਇੰਨਾ ਜ਼ਿਆਦਾ ਨੁਕਸਾਨ ਵੀ ਨਹੀਂ ਹੈ। ਔਰ ਜਿੰਨੀ ਕਿ ਇਹਨੇ ਗਰੋਥ ਕਰਨੀ ਹੈ ਇਹ ਇਸ ਟਾਈਮ ਇੰਨੀ ਹੀ ਗਰੋਥ ਕਰੇਗੀ, ਇਸ ਤੋਂ ਵੱਧਗੀ ਵਧੇਗੀ ਨਹੀਂ, ਠੀਕ ਹੈ। ਔਰ ਦੂਸਰਾ ਜਿਹੜਾ ਫਾਇਦਾ ਆਪਾਂ ਚੋਪੇ 'ਤੇ ਲਾਉਂਦੇ, ਇੱਕ ਤਾਂ ਸਪਰੇਅ ਵਾਲਾ, ਦੂਸਰਾ ਆਪਾਂ ਇਹਨੂੰ ਗੋਡੀ ਵੀ ਕਰ ਸਕਦੇ, ਚਾਹੇ ਤੁਸੀਂ ਕਈਆਂ ਨਾਲ ਕਰ ਲਓ, ਚਾਹੇ ਤੁਸੀਂ ਜਿਹੜਾ ਵਾ ਦੂਸਰਾ ਰੰਬੇ ਨਾਲ ਕਰ ਲਓ। ਔਰ ਸਾਡੇ ਇੱਥੇ ਲੋਕ ਜਿਹੜੇ ਆ ਕੋਠੇ ਨੇ ਇਹ ਜਿਹੜਾ ਵਾ ਇਹ ਕਈਆਂ ਨਾਲ ਇਹਨਾਂ ਦੀ ਉੱਪਰੋਂ ਜਿਹੜਾ ਗੰਦ ਪਿੱਲ ਉਹ ਖਤਮ ਕਰਵਾ ਦਿੰਦੇ ਨੇ, ਔਰ ਵਿੱਚ ਵੀ ਜਿਹੜੀ ਉਹ ਕਈ ਮਰਵਾ ਦਿੰਦੇ ਨੇ, ਕੋਈ 2-4 ਹਜ਼ਾਰ ਰੁਪਏ ਲੇਬਰ ਨੂੰ ਦੇ ਕੇ ਉਹ ਜਿਹੜਾ ਵਾ ਗੰਦ ਖਤਮ ਹੋ ਜਾਂਦਾ ਵਾ। ਔਰ ਇਹਦਾ ਜਿਹੜਾ ਅਸਲ ਵਕਤ ਕਾਸ਼ਤ ਹੈ ਨਾ, ਜਿਹੜਾ ਸਾਡੇ ਇਲਾਕੇ 'ਚ ਕਾਸ਼ਤ ਹੁੰਦਾ, ਹਰ ਇਲਾਕੇ ਦੇ ਮੌਸਮ 'ਤੇ ਡਿਪੈਂਡ ਕਰਦਾ ਵਾ। ਜਿਹੜਾ ਸਾਡੇ ਇਲਾਕੇ ਦਾ ਮੌਸਮ ਹੈਗਾ ਵਾ, ਅਸੀਂ ਜਿਹੜਾ ਵਾ ਉਹ ਅਪ੍ਰੈਲ ਦੇ ਦੂਸਰੇ ਹਫ਼ਤੇ 'ਚ, ਔਰ ਇਹ ਵੀ ਜਿਹੜੇ ਅਪ੍ਰੈਲ ਦੇ ਦੂਸਰੇ ਹਫ਼ਤੇ 'ਚ ਕਾਸ਼ਤ ਕੀਤੇ ਗਏ ਨੇ, ਔਰ ਅਪ੍ਰੈਲ ਦੇ ਦੂਸਰੇ ਹਫ਼ਤੇ ਜਿਹੜੇ ਨੇ ਉਹ ਕਾਸ਼ਤ ਕਰਨੇ ਸ਼ੁਰੂ ਕਰ ਦਿੰਦੇ ਨੇ। ਔਰ ਗੰਦਮ ਵਾਲੀ ਜ਼ਮੀਨ ਜ਼ਿਆਦਾਤਰ ਜਿਹੜੀ ਨਾ ਇਸ ਤੋਂ ਬਾਅਦ ਖਾਲੀ ਹੋਣੀ, ਔਰ ਉੱਥੇ ਵੀ ਲੋਕ ਜਿਹੜੇ ਨੇ ਉਹ ਕਾਸ਼ਤ ਕਰਦੇ ਪਏ ਨੇ, ਠੀਕ ਹੈ। ਔਰ 1 ਕਿਲੋ ਬੀ ਵਿੱਚ ਬਜਰੀ ਤੁਸੀਂ ਮਿਕਸ ਕਰਨੀ ਹੈ, ਠੀਕ ਹੈ। ਔਰ 1 DAP ਤੁਸੀਂ ਪਾਣੀ ਇਹਨੂੰ ਕਾਸ਼ ਦੇ ਟਾਈਮ, ਉਸ ਤੋਂ ਬਾਅਦ ਜਨਾਬ ਇਸਦੀ ਜਦੋਂ ਜਰਮੀਨੇਸ਼ਨ ਹੋ ਜਾਣੀ ਹੈ, ਉਦੋਂ ਆਪਾਂ ਜਦੋਂ ਮਸਲਨ ਪੌਦਾ ਬਿਲਕੁਲ ਇਹ ਬਣ ਜਾਣਾ ਵਾ, ਮਸਲਨ ਮਹੀਨੇ ਤੋਂ ਬਾਅਦ ਕਹਿ ਲਓ ਤੁਸੀਂ, ਇਹਨੂੰ ਆਪਾਂ ਜਿਹੜੀ ਵਾ ਖੁਰਾਕ ਦੇਣੀ ਉਹ ਸ਼ੁਰੂ ਕਰ ਲੈਣੀ। ਲੇਕਿਨ ਤਿਲ ਦੀ ਜਿਹੜੀ ਫਸਲ ਹੈ ਇਹਨੂੰ ਆਪਾਂ ਖੁਰਾਕ ਬਹੁਤ ਹੀ ਜ਼ਿਆਦਾ ਵੀ ਨਹੀਂ ਦੇਣੀ। ਅਗਰ ਇਹਨੂੰ ਆਪਾਂ ਬਹੁਤ ਹੀ ਜ਼ਿਆਦਾ ਖੁਰਾਕ ਦੇਵਾਂਗੇ ਨਾ, ਇਹ ਗਰੋਥ ਜ਼ਿਆਦਾ ਕਰੇਗਾ ਔਰ ਫਲ ਘੱਟ ਲਏਗਾ। ਇਸ ਲਈ ਇਹਨੂੰ ਖੁਰਾਕ ਜਦੋਂ ਮਸਲਨ ਇਹ ਮਹਿਸੂਸ ਕਰੇ ਮੰਗੇ, ਇਹ ਪੱਤੇ ਜੇ ਪੀਲੇ ਔਰ ਖੱਟੇ ਕਰਨੇ ਸ਼ੁਰੂ ਕਰ ਲਏ ਉਦੋਂ ਦਿਓ, ਔਰ ਇੰਨੀ ਜ਼ਿਆਦਾ ਨਾ ਦਿਓ। ਔਰ ਭਾਈ ਹੁਣੀ ਜਿਹੜੀ ਖੁਰਾਕ ਦਿੰਦੇ ਨੇ ਉਹ ਵੀ ਮੈਂ ਤੁਹਾਡੇ ਆਪਣੇ ਭਾਈ ਨਾਲ ਸ਼ੇਅਰ ਕਰਦਾ ਵਾਂ ਕਿ ਇਹ ਇਹਨਾਂ ਦਾ ਕਹਿਣਾ ਹੈ ਕਿ ਅਸੀਂ DAP ਦੇ ਪਾਤੀ ਥੱਲੇ ਕਾਸ਼ ਦੇ ਟਾਈਮ, ਠੀਕ ਹੈ। ਔਰ ਉਸ ਤੋਂ ਬਾਅਦ ਅਸੀਂ ਵਕਫੇ ਵਕਫੇ ਨਾਲ ਇੱਕ ਜਿਹੜੀ ਨੈਟਰੋਫਾਸ ਹੈ ਨਾ, ਮਸਲ ਦੋ ਪਾਣੀਆਂ 'ਤੇ ਜਿਹੜਾ ਨਾ ਉਹ ਫਲੱਡ ਕਰ ਦੇਣੀ ਆ, ਡਰੰਮ 'ਚ ਪਾ ਕੇ ਜਿਹੜਾ ਵਾ ਉਹ ਇਹਨੂੰ ਲਾਉਣੀ ਹੈ, ਬੋਰੀ ਜਿਹੜੀ ਨੈਟਰੋ ਦੀ ਇੱਕ ਲਾਉਣੀ ਹੈ ਬਸ, ਹੋਰ ਕੋਈ ਖੁਰਾਕ ਨਹੀਂ ਦੇਣੀ। 1 DAP ਕਾਸ਼ ਦੇ ਟਾਈਮ ਪੈ ਜਾਣੀ ਆ, ਔਰ ਉਸ ਤੋਂ ਬਾਅਦ ਇੱਕ ਨੈਟਰੋਫਾਸ ਦੋ ਪਾਣੀ ਤੁਸੀਂ ਦੇ ਦਿਓ ਉਹਨੂੰ, ਔਰ ਜਾਂ ਇਸ ਤੋਂ ਜ਼ਿਆਦਾ 3 ਪਾਣੀ 'ਚ ਵੀ ਤੁਸੀਂ ਉਹਨੂੰ ਦੇ ਸਕਦੇ, ਕਿਉਂਕਿ ਜਿਹੜੇ ਆਪਾਂ ਕਾਸ਼ਤ ਕਰਨੇ ਆ ਖੇਲਾਂ 'ਤੇ ਇਹ ਪਾਣੀ ਕੋ ਦੋ ਵੱਧ ਲੈਂਦੇ ਦੂਸਰੇ ਨਾਲੋਂ, ਠੀਕ ਹੈ, ਇਹ ਸੋਕਾ ਜ਼ਿਆਦਾ ਕਰਦੇ ਨੇ। ਔਰ 1 ਨੈਟਰੋ ਔਰ 1 DAP ਕਾਸ਼ ਦੇ ਟਾਈਮ ਪੈ ਜਾਣੀ, ਉਸ ਤੋਂ ਬਾਅਦ ਆਪਾਂ ਇਹਨੂੰ ਇੱਕ ਜਿਹੜੀ ਆ ਉਹ ਨੈਟਰੋਫਾਸ ਦੀ ਬੋਰੀ ਦੇਣੀ ਆ, ਔਰ ਜਦੋਂ ਬਿਲਕੁਲ ਫੁੱਲ ਜਾਂ ਫਲ ਲੈਣਾ ਸ਼ੁਰੂ ਕਰ ਲਏਗਾ ਉਦੋਂ ਇੱਕ ਸਪਰੇਅ, ਸਾਡੇ ਜਿਹੜੇ ਇਲਾਕੇ 'ਚ ਬਹੁਤ ਜ਼ਿਆਦਾ ਲੋਕ ਕਰਦੇ ਨੇ ਔਰ ਅਸੀਂ ਵੀ ਉਹ ਕਰਦੇ ਹਾਂ, ਔਰ ਉਹਦੇ ਨਾਲ ਅਲਹਮਦੁਲਿਲਾ ਜਿਹੜਾ ਇਹਦਾ ਫਲ ਹੈ ਨਾ ਉਹਦਾ 25% ਦਾ ਫਰਕ ਪੈ ਜਾਂਦਾ ਵਾ, ਮਸਲ ਉਹ ਫਲ ਜ਼ਿਆਦਾ ਲੈ ਜਾਂਦਾ ਵਾ। ਉਹ ਵੀ ਮੈਂ ਆਪਣੇ ਭਾਈਆਂ ਨਾਲ ਇਨਸ਼ਾਅੱਲਾ ਤਾਲਾ ਜਦੋਂ ਫਲ 'ਤੇ ਪਹੁੰਚੇ ਉਹ ਮੈਂ ਸ਼ੇਅਰ ਕਰਾਂਗਾ ਅਸੀਂ ਕਿਹੜਾ ਸਪਰੇਅ ਕਰਦੇ ਹਾਂ, ਠੀਕ ਹੈ। ਔਰ ਇਹ ਸਿਰਫ 2 ਬੋਰੀਆਂ ਫੀ ਏਕੜ ਨੂੰ ਜਿਹੜਾ ਨਾ ਉਹ ਖੁਰਾਕ ਦਿੰਦੇ ਨੇ, 1 DAP ਕਾਸ਼ ਦੇ ਟਾਈਮ, ਔਰ ਉਸ ਤੋਂ ਬਾਅਦ ਨੈਟਰੋਫਾਸ ਜਿਹੜੀ ਆ ਅੱਧੀ ਅੱਧੀ ਬੋਰੀ ਜਿਹੜੀ ਆ ਦੋ ਕੁ ਪਾਣੀਆਂ 'ਤੇ ਇਹਨੂੰ ਲਾ ਦਿੰਦੇ ਨੇ, ਔਰ ਜ਼ਰੂਰਤ ਦੇ ਤਹਿਤ ਇਹਨਾਂ ਨੂੰ ਸਪਰੇਅ ਜਿਹੜਾ ਵਾ ਸੁੰਡੀ ਔਰ ਤੇਲੇ ਵਾਲਾ ਜਿਹੜਾ ਵਾ ਉਹ
ਕਰਦੇ ਨੇ। ਬਾਕੀ ਇਹਦੀ ਹੋਰ ਕੋਈ ਖੁਰਾਕ ਨਹੀਂ ਹੈਗੀ, ਇਹ ਖੁਰਾਕ ਹੀ। ਔਰ ਇਹਨਾਂ ਦੀ ਐਵਰੇਜ ਜਿਹੜੀ ਉਹ ਕਹਿ ਰਹੇ ਸਨ, ਉਹ ਕਹਿੰਦੇ ਨੇ ਕਿ ਸਾਡੀ ਜਿਹੜੀ ਆ ਰਹੀ ਐਵਰੇਜ, ਜਿੰਨੇ ਵੀ ਅਸੀਂ ਸਾਲਾਂ ਤੋਂ ਲਾ ਰਹੇ ਹਾਂ, ਸਾਡੀ ਐਵਰੇਜ 18 ਮਣ ਤੋਂ ਉੱਪਰ ਹੀ ਗਈ ਹੈ, ਨੀਚੇ ਸਾਡੀ ਐਵਰੇਜ ਨਹੀਂ ਆਈ। ਲੇਕਿਨ ਜ਼ਮੀਨ ਦੀ ਤਿਆਰੀ ਜਿਹੜੀ ਆ ਉਹ ਅੱਛੀ ਕਰੋ, ਔਰ DAP ਦੀ ਬੋਰੀ ਜਿਹੜੀ ਹੈ ਉਹ ਤੁਸੀਂ ਕਾਸ਼ ਦਾ ਟਾਈਮ ਜਿਹੜਾ ਵਾ ਉਹ ਪਾ ਦਿਓ। ਉਸ ਤੋਂ ਬਾਅਦ ਜਿਹੜੀ ਵਾ ਨੈਟਰੋਫਾਸ, ਉਹ ਤੁਸੀਂ ਬਾਅਦ 'ਚ ਪਾਣੀ, ਇਹ ਦੋ ਪਾਣੀ 'ਚ ਪਾ ਦਿਉ, ਤਿੰਨਾਂ 'ਚ ਲਾ ਦਿਓ ਇਹਨੂੰ, ਠੀਕ ਹੈ। ਔਰ ਇਹ ਇਸਦੀ ਟੋਟਲ ਖੁਰਾਕ ਹੈ। ਔਰ ਸਪਰੇਅ ਜਿਹੜਾ ਵਾ ਉਹ ਜ਼ਰੂਰਤ ਦੇ ਟਾਈਮ ਤੁਸੀਂ ਜਿਹੜਾ ਵਾ ਇਹਨੂੰ ਦੇਣਾ ਵਾ ਜਾਂ ਕਰਨਾ ਵਾ, ਠੀਕ ਹੈ। ਔਰ ਐਵਰੇਜ ਜਿਹੜੀ ਆ 18 ਮਣ ਤੋਂ ਉੱਪਰ ਹੈ, 19 ਮਣ, 20 ਮਣ, 24 25 ਮਣ ਤੱਕ ਵੀ ਜਿਹੜਾ ਵਾ ਲੋਕ ਜਿਹੜੇ ਨੇ ਇਸ ਤਰ੍ਹਾਂ ਕਾਸ਼ਤ ਕਰਦੇ ਨੇ, ਉਹਨਾਂ ਦੀ ਨਿਕਲਦੀ ਹੈ। ਲੇਕਿਨ ਇਹ ਵੀ ਜਿਹੜੇ ਪੌਦੇ ਨੇ ਇਹ ਵੀ ਜ਼ਿਆਦਾ ਨੇ, ਕਮ ਅਜ਼ ਕਮ ਔਰ ਜ਼ਿਆਦਾ ਤੋਂ ਜ਼ਿਆਦਾ ਅਗਰ ਪੌਦੇ ਹੋਣ ਦੇ 5 ਹੋਣੇ ਚਾਹੀਦੇ ਨੇ। ਜਿੰਨੇ ਪੌਦੇ ਘੱਟ ਹੋਣਗੇ ਉਹਨਾਂ ਪੌਦਾ ਗਰੋਥ ਵੀ ਜ਼ਿਆਦਾ ਕਰੇਗਾ ਔਰ ਫਲ ਵੀ ਜ਼ਿਆਦਾ ਲਏਗਾ। ਇਸ ਤਰ੍ਹਾਂ ਜਿੰਨੇ ਹੁਣ 18-20 ਪੌਦੇ ਹੋਣੇ ਮੇਰੇ ਹਿਸਾਬ ਨਾਲ, ਇਹ ਫਿਰ ਗਰੋਥ ਵੀ ਉਸ ਤਰ੍ਹਾਂ ਨਹੀਂ ਕਰਦੇ ਔਰ ਫਲ ਦੇ ਫੁੱਲਦੇ ਵੀ ਨਹੀਂ ਔਰ ਫਲ ਵੀ ਨਹੀਂ ਲੈਂਦੇ, ਠੀਕ ਹੈ। ਕਿਲੋ ਬੀ ਵੱਧ ਤੋਂ ਵੱਧ ਜਿਹੜਾ ਨਾ ਕਿਲੋ ਬੀ ਲਾਉਣਾ ਵਾ, ਇਸ ਤੋਂ ਵੱਧ ਬੀ ਜਿਹੜਾ ਵਾ ਉਹ ਕਾਸ਼ਤ ਨਹੀਂ ਕਰਨਾ, ਵਿੱਚ ਮਿਕਸਿੰਗ ਕਰ ਲੈਣੀ ਹੈ। ਬਜਰੀ ਦੀ ਕਰ ਲਓ ਜਾਂ ਟੋਟਾ ਚਾਵਲ ਦੀ ਜਿਹੜੀ ਆ ਉਹ ਕਰ ਲਓ। ਬਾਕੀ ਕਈ ਲੋਕ ਸਾਡੇ ਇਲਾਕੇ ਜਿਹੜੇ ਜਿੰਨਾ ਪਹਿਲੀ ਦਫ਼ਾ ਲਾਏ ਨੇ ਉਹਨਾਂ 2-2 ਕਿਲੋ ਬੀ ਵੀ ਲਾਇਆ ਵਾ, ਲੇਕਿਨ ਅਸਲ ਜਿਹੜਾ ਵਾ 1 ਕਿਲੋ ਤੋਂ ਉੱਪਰ ਬੀ ਨਹੀਂ ਲੱਗਣਾ ਚਾਹੀਦਾ। ਬਾਕੀ ਮਾਸ਼ਾਅੱਲਾ ਫਸਲ ਇਹਨਾਂ ਪਾਈ ਉਹਨਾਂ ਦੀ ਸੋਹਣੀ ਖੜੀ ਹੈ, ਮਾੜੀ ਨਹੀਂ ਹੈ, ਜਰਮੀਨੇਸ਼ਨ ਠੀਕ ਹੈ। ਕਿਸੇ ਜਗ੍ਹਾ 'ਤੇ ਜਰਮੀਨੇਸ਼ਨ ਨਹੀਂ ਵੀ ਹੋਈ ਜਾਂ ਉੱਥੇ ਦਾਣਾ ਨਹੀਂ ਲੱਗਿਆ ਜਾਂ ਉੱਥੇ ਪੱਥਰ ਨਹੀਂ ਪਹੁੰਚਿਆ ਕਿਸੇ ਵੀ ਰੀਜ਼ਨ ਨਾਲ, ਜਿਹੜਾ ਨਾ ਜਰਮੀਨੇਸ਼ਨ ਕਈਆਂ ਜਗ੍ਹਾ 'ਤੇ ਘੱਟ ਵੀ ਹੈ। ਬਾਕੀ ਸਾਰੇ ਇਹ ਜਿਹੜੇ ਆ ਇਹ ਤੇਲੀ ਭਾਈ ਉਹਨਾਂ ਨੇ ਕਾਸ਼ਤ ਕੀਤੇ ਨੇ। ਔਰ ਬਾਕੀ ਇਨਸ਼ਾਅੱਲਾ ਤਾਲਾ ਵੀ ਅਗਰ ਕਮੀ ਪੇਸ਼ੀ ਹੋਈ ਤਾਂ ਬਿਲਕੁਲ ਮੇਰੇ ਭਾਈ ਮੈਨੂੰ ਗਾਈਡ ਕਰਿਓ ਜੀ। ਬਾਕੀ ਇਨਸ਼ਾਅੱਲਾ ਨੈਕਸਟ ਵੀ ਇਨਸ਼ਾਅੱਲਾ ਮੈਂ ਆਪਣੇ ਭਾਈਆਂ ਨਾਲ ਜਿਹੜਾ ਵਾ ਆਪਣੀ ਜਿਹੜੀ ਗਾਈਡਲਾਈਨ ਉਹ ਸ਼ੇਅਰ ਕਰਦਾ ਰਹਾਂਗਾ ਔਰ ਜਿੰਨਾ ਕੁ ਮੈਨੂੰ ਪਤਾ ਮੈਂ ਆਪਣੇ ਭਾਈਆਂ ਨਾਲ ਸ਼ੇਅਰ ਕਰਾਂਗਾ। ਬਾਕੀ ਦੁਆਵਾਂ ਯਾਦ ਰੱਖੀਏਗਾ, ਆਪਣਾ ਖਿਆਲ ਰੱਖੀਏਗਾ। ਵਸਲਾਮ।